ਬਠਿੰਡਾ ਪੁਲਿਸ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲਦੀਆਂ ਕੁਝ ਸੀਸੀਟੀਵੀ ਤਸਵੀਰਾਂ ਆਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਨੂੰ 3 ਜਣੇ ਲੁੱਟਦੇ ਨੇ ਅਤੇ ਨਗਦੀ ਖੋ ਕੇ ਲੈ ਜਾਂਦੇ ਨੇ। ਉਹ ਬਜ਼ੁਰਗ ਆਪਣੇ ਨਾਲ ਨੇ, ਆਪਣੇ ਬੇਟੇ ਦੇ ਨਾਲ ਪੁਲਿਸ ਥਾਣੇ ਆਏ ਹੋਏ ਨੇ ਔਰ ਆ ਕੇ ਇਹਨਾਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਲਿਖਾਈ ਆ। ਹਾਲਾਂਕਿ ਪੁਲਿਸ ਨੇ 2 ਲੋਕਾਂ ਨੂੰ ਡਿਟੇਨ ਕੀਤਾ, ਪਰ ਬਜ਼ੁਰਗ ਨੇ ਹਜੇ ਵੀ ਘਬਰਾਏ ਹੋਏ ਨੇ। ਹਾਲਾਂਕਿ ਇਸ ਬਜ਼ੁਰਗ ਨੇ ਬਹਾਦਰੀ ਦੇ ਨਾਲ ਉਹਨਾਂ ਗੁੰਡਿਆਂ ਦਾ ਮੁਕਾਬਲਾ ਵੀ ਕੀਤਾ, ਪਰ ਕਿਤੇ ਨਾ ਕਿਤੇ ਬਜ਼ੁਰਗ ਉਹਨਾਂ ਦੇ ਅੱਗੇ ਬੇਵੱਸ ਨਜ਼ਰ ਆਏ। ਬਜ਼ੁਰਗ ਸੜਕ ਦੇ ਉੱਪਰ ਇੱਕ ਵਾਰ ਗਿਰ ਵੀ ਗਏ, ਪਰ ਫਿਰ ਵੀ ਉਹਨਾਂ 3 ਲੋਕਾਂ ਨੇ ਇਸ ਬਜ਼ੁਰਗ ਤੋਂ ਨਗਦੀ ਲੈ ਕੇ ਫਰਾਰ ਹੋ ਗਏ। ਬਜ਼ੁਰਗ ਆਪਣੇ ਨਾਲ ਨੇ। ਅੰਕਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਪਾਲ ਬੰਸਲ। ਤਬੀਅਤ ਕਿਵੇਂ ਤੁਹਾਡੀ? ਕੱਲ੍ਹ ਤੁਹਾਡੇ ਨਾਲ ਇਹ ਵਾਰਦਾਤ ਘਟਨਾ ਘਟੀ ਹੈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਮੈਨੂੰ ਜਿਵੇਂ ਕਹਿੰਦੇ ਟੈਨਸ਼ਨ ਜੀ ਹੋ ਗਈ ਜਾਂ ਕੁਛ ਘਬਰਾਹਟ ਜੀ ਹੁੰਦੀ ਹੈ ਵੀ ਮੇਰਾ ਪੈਰ ਲੜਖੜਾਉਣ ਲੱਗ ਗਏ, ਮੈਂ ਕੁਰਸੀ 'ਤੇ ਆ ਕੇ ਬਹਿ ਗਿਆ ਘਰੇ। ਅੱਛਾ, ਹੋਇਆ ਕੀ ਸੀ? ਲੋਕ ਜਾਣਨਾ ਚਾਹੁੰਦੇ ਨੇ। ਸਿਰਫ ਸੀਸੀਟੀਵੀ ਦੇਖੀ ਅਸੀਂ, ਤੁਸੀਂ ਚਰਲਾ ਰਹੇ ਹੋ, ਰੌਲਾ ਪਾ ਰਹੇ ਹੋ, ਬਚਾਓ ਬਚਾਓ। ਹਾਂਜੀ, ਐਕਚੁਅਲ 'ਚ ਹੋਇਆ ਕੀ ਸੀ? ਘਟਨਾ ਕਦੋਂ ਦੀ ਹੈ? ਇਹ ਘਟਨਾ ਸ਼ਾਮ ਦੀ ਹੈ ਜੀ, 6:06 ਦੀ, 6:15 ਦੀ। ਮੈਂ ਸੈਰ ਕਰਕੇ ਆਇਆ ਸੀਗਾ ਅਤੇ ਆ ਕੇ ਮੈਂ ਆਪਣੀ ਗਲੀ ਦੇ ਜਦੋਂ ਮੋੜ 'ਤੇ ਮੁੜਿਆ ਤਾਂ ਇੱਕ ਮਕਾਨ ਮੈਂ ਛੱਡਿਆ, ਤਾਂ ਜਦੋਂ ਮੈਂ ਦੂਸਰੇ ਮਕਾਨ ਦੇ ਕੋਲ ਪਹੁੰਚਿਆ ਤਾਂ ਇੱਕ ਮੁੰਡਾ ਮੇਰੇ ਬਿਲਕੁਲ ਸਾਹਮਣੇ ਆ ਕੇ ਖੜ ਗਿਆ ਅਤੇ ਉਹਨੇ ਮੈਨੂੰ ਕੁਛ ਨਹੀਂ ਬੋਲਿਆ, ਮੇਰੀ ਜੇਬ 'ਚ ਹੱਥ ਪਾਇਆ। ਮੈਂ ਕਿਹਾ ਭਾਈ ਕੀ ਕਰਦਾ ਕੀ ਕਰਦਾ? ਬਸ ਐਂ ਬੋਲ ਕੇ ਮੈਂ ਆਪਦਾ ਜੇਬ 'ਤੇ ਹੱਥ ਰੱਖ ਲਿਆ। ਉਹਨੇ ਮੇਰਾ ਹੱਥ ਹਟਾਉਣ ਦੀ ਕੋਸ਼ਿਸ਼ ਕੀਤੀ, ਮੈਂ ਆਪਦਾ ਹੱਥ ਨਹੀਂ ਛੱਡਿਆ। ਉਸ ਤੋਂ ਬਾਅਦ ਉਹ ਦੂਜਾ ਮੁੰਡਾ ਵੀ ਆ ਗਿਆ, ਮੇਰੀ ਬਾਂਹ ਜਿਵੇਂ ਫੜਦਾ ਹੁੰਦਾ, ਮੈਂ ਹੁਣ ਜਦੋਂ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਬੈਲੈਂਸ ਵਿਗੜ ਗਿਆ ਅਤੇ ਮੈਂ ਉਹਦੀ ਬਾਂਹ ਫੜੀ ਫੜੀ ਥੱਲੇ ਨਹੀਂ। ਤੁਸੀਂ ਮੁਕਾਬਲਾ ਕੀਤਾ ਉਹਨਾਂ ਨਾਲ, ਫਾਈਟ ਕੀਤੀ ਹੈ? ਹਾਂਜੀ ਹਾਂਜੀ। ਹਾਂਜੀ, ਫਿਰ ਮੈਂ ਨੀਚੇ ਗਿਰ ਗਿਆ ਅਤੇ ਮੇਰਾ ਹੱਥ ਜੇਬ ਤੋਂ, ਕੁਦਰਤੀ ਗੱਲ ਹੈ, ਢਿੱਲਾ ਪਿਆ। ਕਿੰਨੀ ਕੁ ਉਮਰ ਦੇ ਮੁੰਡੇ ਸੀ? ਕਿੰਨੇ ਜਾਣੇ ਸੀ? ਕਿੱਥੋਂ ਪਿੱਛਾ ਕਰਦੇ ਆ ਰਹੇ ਤੁਹਾਡੇ ਪਿੱਛੇ? ਇਹ ਪਿੱਛਾ ਪਾਲੀ ਕਰਿਆਨਾ ਸਟੋਰ ਤੋਂ ਆਉਂਦੇ ਸੀ, ਅਕਸਰ ਹੀ ਉੱਥੇ ਬੈਠੇ ਰਹਿੰਦੇ ਸੀ ਅਤੇ ਮੈਂ ਕੋਈ ਚੀਜ਼ ਲੈਂਦਾ ਸੀ ਤਾਂ ਮੇਰੀ ਜੇਬ 'ਚ ਪੈਸੇ ਹੁੰਦੇ ਸੀ, ਮੈਂ ਕੱਢ ਕੇ ਦੇ ਦਿੰਦਾ ਸੀ ਵੀ ਚਲੋ ਜੋ ਵੀ ਚੀਜ਼ ਲੈਣੀ ਹੈ। ਉਹਨਾਂ ਨੇ ਦੇਖਿਆ ਵੀ ਇਹਦੀ ਜੇਬ 'ਚ ਪੈਸੇ ਹੈਗੇ ਹੈ। ਕਿੰਨੀ ਅਮਾਊਂਟ ਸੀ? ਕਿੰਨੇ ਪੈਸੇ ਲੈ ਗਏ? ਅਮਾਊਂਟ ਐਨੀ ਸੀਗੀ ਜੀ, 15 ਨੋਟ ਸੀਗੇ 500 ਦੇ, 4 ਨੋਟ ਸੀਗੇ 200 ਦੇ, 8300 ਰੁਪਏ। 8300 ਰੁਪਏ, ਹਾਂਜੀ। ਅੱਛਾ, ਜਦੋਂ ਇਹ ਘਟਨਾ ਘਟ ਗਈ, ਘਬਰਾਹਟ ਕਿੰਨੀ ਹੋਈ? ਸਭ ਤੋਂ ਪਹਿਲਾਂ ਫੈਮਿਲੀ 'ਚ ਫੋਨ ਕਿਹਨੂੰ ਕੀਤਾ? ਮੋਬਾਈਲ ਛੱਡ ਕੇ ਕਿ ਮੋਬਾਈਲ ਵੀ ਲੈ ਗਏ ਸੀ ਨਾਲ? ਨਹੀਂ, ਮੋਬਾਈਲ ਮੈਂ ਰੱਖਦਾ ਹੀ ਨਹੀਂ ਜੀ। ਅੱਛਾ, ਹਾਂਜੀ। ਫਿਰ ਕਿਵੇਂ ਘਰੇ ਪਤਾ ਲੱਗਿਆ? ਘਰੇ ਮੈਂ ਜੋ ਰੌਲਾ ਪਾਇਆ ਮੈਨੂੰ ਨਾਲ ਹੀ ਕਰਤਾ ਸੀਗਾ ਜੀ, ਇੱਕ ਘਰ ਛੱਡ ਕੇ ਦੂਜਾ ਘਰ ਮੇਰਾ ਸੀ ਜਿੱਥੇ ਘਟਨਾ ਹੋਈ ਹੈ। ਬਸ ਫਿਰ ਮੈਂ ਘਰੇ ਚਲਾ ਗਿਆ, ਮੈਨੂੰ ਉਹ ਸਾਹਮਣੇ ਮਾਸਟਰ ਜੀ ਰਹਿੰਦੇ ਸੀ, ਉਹਨਾਂ ਨੇ ਉਠਾਇਆ, ਉਠਾ ਕੇ ਮੈਂ ਘਰੇ ਆ ਕੇ ਕੁਰਸੀ 'ਤੇ ਬਹਿ ਗਿਆ, ਪਾਣੀ ਪੂਣੀ ਪੀਤਾ। ਰਿਟਾਇਰਡ ਹੋ ਕਿਸੇ ਡਿਪਾਰਟਮੈਂਟ 'ਚ ਜੋਬ ਕਰਦੇ ਸੀ? ਹਾਂਜੀ ਹਾਂਜੀ, ਕਰਦੇ ਸੀ। ਮੈਂ ਐਨੀਮਲ ਹਸਬੈਂਡਰੀ 'ਚ ਵੈਟਰਨਰੀ ਡਾਕਟਰ ਸੀ। ਅੱਛਾ, ਹਾਂਜੀ। ਡਾਕਟਰ ਸਾਹਿਬ, ਮਨ ਕਿੰਨਾ ਘਬਰਾਇਆ? ਇੱਕ ਵਾਰ ਤਾਂ ਐਂ ਲੱਗਿਆ ਸੀ ਯਾਰ ਮਾਰ ਨਾ ਦੇਣ, ਮਨ 'ਚ ਖਿਆਲ ਕੀ ਆ ਰਿਹਾ ਸੀ? ਨਹੀਂ, ਉਸ ਟਾਈਮ ਨਹੀਂ ਮੇਰੇ ਮਨ 'ਚ ਆਇਆ, ਕਿਉਂਕਿ ਮੈਂ ਕਾਕੇ ਕੋਲੇ ਵੀ ਗੱਲ ਕੀਤੀ ਸੀ ਵੀ ਉਹਨਾਂ ਨੇ ਸਿਰਫ ਇੱਕੋ ਹੀ ਟਾਰਗੇਟ ਸੀ ਜਿਹੜਾ ਫਿਕਸ ਕੀਤਾ ਸੀ ਵੀ ਇਹਦੇ ਪੈਸੇ ਗੋਣੇ ਆ, ਹੋਰ ਕੁਛ ਨਹੀਂ। ਨਾ ਉਹਨਾਂ ਨੇ ਮੈਨੂੰ ਕੋਈ ਐਂ ਕੀਤਾ ਵੀ ਮਾਰਾਂਗੇ ਜਾਂ ਹੋਰ ਹੈ, ਹੋ ਸਕਦਾ ਉਹਨਾਂ ਦੇ ਮਨ 'ਚ ਹੋਵੇ ਵੀ ਅਸੀਂ ਇਹਨੂੰ ਮਾਰ ਦਈਏ ਜਾਂ ਕਰ ਦਈਏ, ਪਰ ਜਦੋਂ ਉਹਨਾਂ ਨੂੰ ਪੈਸੇ ਮਿਲ ਗਏ ਫਿਰ ਉਹ ਘਟਨਾ ਤੋਂ। ਪੁਲਿਸ ਦੀ ਕਾਰਵਾਈ ਕਿਸ ਤਰ੍ਹਾਂ ਦੇ ਰਹੀ? ਕਹਿੰਦੇ 2 ਲੋਕਾਂ ਨੂੰ ਡਿਟੇਨ ਕਰ ਲਿਆ, ਆ ਗਈ ਸੀ ਮੌਕੇ 'ਤੇ ਪੁਲਿਸ? ਬਿਲਕੁਲ ਬਿਲਕੁਲ ਐਂ ਸੀ ਜੀ, ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਤਾਂ 7 ਵਜੇ ਅਸੀਂ ਗਏ ਆ ਅਤੇ 7 ਵਜੇ ਸਾਨੂੰ PCR ਵਾਲੇ ਇੱਥੇ ਮਿਲੇ, ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਤਾਂ ਮੇਰੇ ਖਿਆਲ 7:30-8 ਵਜੇ ਉਹ ਸਾਡੇ ਕੋਲ ਆ ਗਏ ਅਤੇ ਘੰਟੇ 'ਚ ਉਹਨਾਂ ਨੇ ਕਾਰਵਾਈ ਕਰਕੇ ਸਾਨੂੰ ਇੱਕ ਤਸੱਲੀ ਵੀ ਦਿੱਤੀ ਅਤੇ ਹਦਾਇਤ ਵੀ ਦਿੱਤੀ ਵੀ ਤੁਸੀਂ ਇਹਦਾ ਜ਼ਿਆਦਾ ਰੌਲਾ ਨਹੀਂ ਪਾਉਣਾ। ਸੰਤੁਸ਼ਟ ਹੋ ਪੁਲਿਸ ਦੀ ਕਾਰਵਾਈ ਤੋਂ? ਹੁਣ ਪੁਲਿਸ ਨੇ 2 ਬੰਦੇ ਫੜ ਲਏ। ਹਾਂਜੀ, ਬਹੁਤ ਜ਼ਿਆਦਾ ਸੰਤੁਸ਼ਟ ਹੈ।
ਤੇ ਤੜਕੇ ਸਵੇਰੇ ਉਹ ਕਹਿੰਦੇ ਅਸੀਂ 3:30 ਵਜੇ 4 ਵਜੇ ਉਹ ਬੰਦੇ ਚੱਕ ਲਏ। ਹੁਣ ਮਨ ਘਬਰਾਉਂਦਾ ਕਿ ਦੁਬਾਰਾ ਨਿਕਲਦੇ ਦੁਬਾਰੇ ਖਿਆਲ ਆਉਂਦੇ ਉਸ ਤਰ੍ਹਾਂ ਦੇ ਯਾਰ ਵੀ ਦੁਬਾਰਾ ਨਾ ਘਟਨਾ ਘਟ ਜੇ? ਨਹੀਂ ਉਹ ਤਾਂ ਦੇਖੋ ਜੀ ਹੁਣ ਇੰਨੀ ਨਹੀਂ ਮੈਨੂੰ ਕਦੇ ਘਬਰਾਹਟ ਹੋਈ, ਸਿੰਪਲ ਵੈਸੇ ਹੀ ਠੀਕ ਹੈ ਉਸ ਟਾਈਮ ਮਨ ਨੂੰ ਹੋ ਗਈ ਸੀ। ਡਾਕਟਰ ਸਾਹਿਬ ਦੇ ਬੇਟੇ ਨਾਲ ਨੇ ਬ੍ਰਦਰ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਫਾਦਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਘਟ ਗਈ ਹੈ? ਫਸਟ ਰਿਐਕਸ਼ਨ ਕੀ ਹੈ ਤੁਹਾਡਾ ਉਦੋਂ, ਕੀ ਹੋਇਆ? ਮੈਂ ਗਿਆ ਹੋਇਆ ਸੀ ਆਪਦੇ ਬੇਟੇ ਨੂੰ ਲੈਣ, ਉਹ ਕਿਤੇ ਗਿਆ ਹੋਇਆ ਸੀਗਾ, ਅਤੇ ਜਿਵੇਂ ਹੀ ਮੈਂ ਘਰ ਆਇਆ ਮੈਂ ਆ ਕੇ ਦੇਖਿਆ ਪਾਪਾ ਦੇ ਹਾਵ ਭਾਵ ਇਕਦਮ ਹੋਸ਼ ਉੱਡੇ ਹੋਏ ਨੇ, ਅਤੇ ਪਾਪਾ ਬੜੇ ਘਬਰਾਏ ਹੋਏ ਸੀਗੇ, ਅਤੇ ਬਟਨ ਸ਼ਰਟ ਦੇ ਬਟਨ ਵਗੈਰਾ ਟੁੱਟੇ ਹੋਏ ਸੀਗੇ। ਫਿਰ ਮੈਂ ਆ ਕੇ ਪੁੱਛਿਆ, ਫਿਰ ਪਾਪਾ ਨੇ ਮੈਨੂੰ ਅਤੇ ਸਾਰੇ ਮੇਰੀ ਫੈਮਿਲੀ ਮੈਂਬਰਸ ਨੇ ਮੈਨੂੰ ਦੱਸਿਆ ਕਿ ਸਾਰੀ ਕੀ ਘਟਨਾ ਵਾਪਰੀ ਹੈ। ਫਿਰ ਉਸ ਦੇ ਨਾਲ ਅਸੀਂ ਰਿਐਕਸ਼ਨ ਕੀਤਾ, ਅਸੀਂ ਪੁਲਿਸ ਕੋਲ ਗਏ, PCR ਕੋਲ ਗਏ, ਉੱਥੇ ਦੱਸਿਆ, ਉਹਨਾਂ ਨੇ ਬੜਾ ਕੋਆਪਰੇਟ ਕੀਤਾ ਕਿ ਤੁਸੀਂ ਇੱਥੇ ਇਸ ਨੰਬਰ ਦੇ ਉੱਤੇ ਲਿਖਵਾ ਦਿਉ। ਫਿਰ ਅਸੀਂ ਉੱਥੇ ਲਿਖਵਾਤੀ ਨੰਬਰ ਦੇ ਉੱਤੇ, ਘਟਨਾ ਸਾਰੀ ਦੱਸਤੀ ਹੈ, ਨਾਲ ਦੀ ਨਾਲ ਮੌਕੇ 'ਤੇ ਆ ਗਏ ਸਾਰੇ ਜਣੇ। ਕਿੰਨੇ ਟਾਈਮ ਬਾਅਦ ਪੁਲਿਸ ਨੇ ਰਿਸਪੋਂਡ ਕਰਤਾ ਸੀ, ਔਰ ਜਿਹੜੇ 2 ਬੰਦੇ ਡਿਟੇਨ ਕੀਤੇ ਨੇ ਕਿੰਨਾ ਟਾਈਮ ਲੱਗਾ? ਰਿਸਪੋਂਡ ਕਰਨ ਵਿੱਚ ਤਾਂ ਬਹੁਤ ਕੁਇਕ ਹੈ ਪੁਲਿਸ, ਹੈ ਨਾ, ਇਹਨਾਂ ਨੇ ਵੱਧ ਤੋਂ ਵੱਧ 5-7 ਮਿੰਟ ਹੀ ਲਏ ਅਤੇ ਕਰਤਾ ਸੀਗਾ। ਉਸ ਤੋਂ 1/2 ਘੰਟੇ ਦੇ ਵਿੱਚ ਹੀ ਸੁੰਦਰ ਜੀ ਆ ਗਏ ਸੀਗੇ, ਅਤੇ ਉਹਨਾਂ ਨੇ ਆ ਕੇ ਸਾਰਾ ਮੌਕਾ ਦੇਖ ਲਿਆ, ਅਤੇ ਜਿੱਥੇ ਜਿੱਥੇ ਜਿਹੜੇ ਬੰਦੇ ਲੱਗਦੇ ਸੀਗੇ ਕਿ ਆਹ ਮੁੰਡੇ ਹੈਗੇ ਹੈ, ਇਹ ਸ਼ੱਕ ਸੀ, ਉਹਨਾਂ ਦੇ ਘਰ ਜਾ ਕੇ ਦਬਸ਼ ਵੀ ਮਾਰੀ ਉਹਨਾਂ ਨੇ, ਅਤੇ ਨਾਲ ਦੀ ਨਾਲ ਹੀ ਫਿਰ ਵਿਦਇਨ 12 ਆਵਰਸ 12 ਘੰਟੇ ਦੇ ਅੰਦਰ ਅੰਦਰ ਹੀ ਇਹਨਾਂ ਨੇ ਮੁੰਡਿਆਂ ਨੂੰ ਫੜ ਲਿਆ। ਉਸਨੇ ਦੱਸਿਆ ਉਹਨਾਂ ਕਿ ਐਂਗਲ ਕੀ ਸੀ, ਨਸ਼ੇੜੀ ਸੀ, ਨਸ਼ੇ ਪੱਤੇ ਵਾਸਤੇ ਕਰਦੇ ਸੀ ਜਾਂ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਹੈ, ਕੀ ਕਹਿ ਰਿਹਾ ਪੁਲਿਸ, ਕੀ ਕਹਿ ਰਹੀ ਪੁਲਿਸ? ਫਿਲਹਾਲ ਤਾਂ ਜੋ ਸ਼ੁਰੂਆਤੀ ਜਾਂਚ ਪੜਤਾਲ ਤੋਂ ਆਹੀ ਪਤਾ ਲੱਗਦਾ ਕਿ ਇਹਨਾਂ ਦੀ ਨਸ਼ੇ ਦੇ ਕਰਕੇ ਹੈ ਇਹ, ਠੀਕ ਹੈ, ਬਟ ਹੁਣ ਜੋ ਸਾਨੂੰ ਸਮਝ ਆ ਰਿਹਾ ਇਹਨਾਂ ਦਾ, ਇਹ ਰਿਪੀਟ ਓਫੈਂਡਰਸ ਨੇ, ਇਹਨਾਂ ਨੇ ਅੱਜ ਨਹੀਂ, ਇਹਨਾਂ ਨੇ ਪਹਿਲਾਂ ਵੀ ਬਹੁਤ ਵਾਰੀ ਚੋਰੀਆਂ ਕੀਤੀਆਂ, ਸਾਡੇ ਮੁਹੱਲੇ ਦੇ ਵਿੱਚ ਹੀ ਚੋਰੀਆਂ ਕੀਤੀਆਂ, ਅਤੇ ਬਹੁਤ ਪਰੇਸ਼ਾਨ ਕਰ ਰਹੇ ਨੇ ਮੁੰਡੇ 3 ਜਣੇ। ਸਰ ਕੀ ਲੱਗਦਾ ਡਾਕਟਰ ਸਾਹਿਬ ਵੀ ਪੁਲਿਸ ਕਿਸ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਾਵੇ ਕਿ ਬਜ਼ੁਰਗ ਬੇਫਿਕਰ ਕੋਈ ਬਾਹਰ ਨਿਕਲ, ਬੱਚੇ ਬੇਫਿਕਰ ਕੋਈ ਬਾਹਰ ਨਿਕਲ? ਕੀ ਲੱਗਦਾ ਕਿ ਹੁਣ ਜੇ ਅਸੀਂ ਪੜ੍ਹੇ ਲਿਖੇ ਹੋ ਕਾਫੀ, ਉਹ ਹੈ ਜੀ ਜਿਵੇਂ ਆਪਾਂ ਪਹਿਲਾਂ ਖੇਤਾਂ 'ਚ ਰਹਿੰਦੇ ਸੀ, ਇੱਕ ਕਾਂ ਮਾਰ ਕੇ ਟੰਗ ਦਿੰਦੇ ਸੀ ਤਾਂ ਉਹ ਬਾਕੀ ਕਾਂ ਨਹੀਂ ਆਉਂਦੇ ਸੀਗੇ। ਜੇ ਕੋਈ ਇਹਨਾਂ ਨੂੰ ਚੰਗੀ ਸਖਤ ਸਜ਼ਾ ਦਿੱਤੀ ਜਾਵੇ ਅਤੇ ਚੰਗੀ ਤਰ੍ਹਾਂ ਪੁਲਿਸ ਦੀ ਹੋਵੇ, ਗਸ਼ਤ ਹੋਵੇ ਚੰਗੀ ਤਰ੍ਹਾਂ, ਤਾਂ ਬਸ ਆਪੇ ਹੋ ਸਕਦੇ ਜੀ ਠੀਕ ਹੈ। ਇਹ ਜੀ ਕੱਲ੍ਹ ਸਾਨੂੰ ਇੱਕ ਜਸਪਾਲ ਸਿੰਘ ਹੈ ਵੈਟਨਰੀ ਡਾਕਟਰ ਹੈ ਰਿਟਾਇਰ, ਉਹਨਾਂ ਵੱਲੋਂ ਇੱਕ ਕੰਪਲੇਂਟ ਹਾਸਲ ਹੋਈ ਸੀਗੀ ਜਿਹਦੇ 'ਤੇ ਅਸੀਂ ਕਾਰਵਾਈ ਕਰਦੇ ਹੋਏ ਅਤੇ 3 ਦੋਸ਼ੀ ਸੀਗੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜੀ, ਅਤੇ ਅਸੀਂ FIR ਦਰਜ ਕਰ ਰਹੇ ਹਾਂ ਅਤੇ ਅਗਲੀ ਕਾਰਵਾਈ ਕਰ ਰਹੇ ਹਾਂ। ਸਰ ਕੀ ਬੈਕਗ੍ਰਾਊਂਡ ਇਹਨਾਂ ਬੰਦਿਆਂ ਦਾ, ਕ੍ਰਿਮੀਨਲ ਨੇ ਜਾਂ ਨਸ਼ੇੜੀ ਨੇ, ਕੁਛ ਹੁੰਦਾ ਪਤਾ ਲੱਗਿਆ? ਇਹਨਾਂ ਨੂੰ ਜੀ ਅੱਜ ਗ੍ਰਿਫਤਾਰ ਕਰਕੇ ਅਸੀਂ ਕੱਲ੍ਹ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਾਂਗੇ ਅਤੇ ਦੌਰਾਨੇ ਇਨਵੈਸਟੀਗੇਸ਼ਨ ਅਸੀਂ ਚੈੱਕ ਕਰਾਂਗੇ ਵੀ ਇਹਨਾਂ 'ਤੇ ਕੋਈ ਹੋਰ FIR ਦਰਜ ਹੈ ਜਾਂ ਨਹੀਂ ਹੈ, ਕ੍ਰਿਮੀਨਲ ਰਿਕਾਰਡ ਕੀ ਹੈ ਉਹ ਚੈੱਕ ਕਰਕੇ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ। CCTV ਕਿੰਨੀ ਕੁ ਹੈਲਪਫੁਲ ਹੋਈ ਪੁਲਿਸ ਵਾਸਤੇ, ਜਿਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ, ਬੰਦੇ ਨੂੰ ਖਿੱਚ ਰਹੇ ਧੂ ਰਹੇ? ਹਾਂਜੀ, CCTV ਕੈਮਰਿਆਂ ਦੀ ਮਦਦ ਨਾਲ ਹੀ ਅਸੀਂ ਇਹ ਦੋਸ਼ੀਆਂ ਨੂੰ ਟਰੇਸ ਕੀਤਾ ਜੀ, ਉਸੇ ਦੇ ਤਰ੍ਹਾਂ ਹੀ ਅਸੀਂ ਅੱਗੇ ਵੀ ਰਿਕੁਐਸਟ ਕਰ ਰਹੇ ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਜੇ ਕਿਤੇ ਹੋ ਸਕੇ ਤਾਂ ਆਪੋ ਆਪਣੇ CCTV ਕੈਮਰੇ ਜੋ ਰੋਡ ਨੂੰ ਕਵਰ ਕਰਦੇ ਉਹਨਾਂ ਲਵਾਏ ਜਾਣ ਤਾਂ ਕਿ ਮੁਕੱਦਮੇ ਜਿਹੜੇ ਹੈ ਕੋਈ ਦਰਜ ਹੁੰਦੇ ਆ ਲੁੱਟ ਖੋਹ ਦੇ ਉਹ ਜਲਦੀ ਟਰੇਸ ਹੋ ਸਕੇ। ਉਮਰ ਸਰ ਆਰੋਪੀਆਂ ਨੇ ਕਿੰਨੀ ਜਾਗੀ ਲੱਗ ਰਹੇ ਨਜ਼ਰ? ਹਾਂਜੀ, ਇਹ ਸਾਰੇ ਛੋਟੀ ਉਮਰ ਦੇ, 24 ਸਾਲ ਦਾ, ਕੋਈ 23 ਸਾਲ ਦਾ, ਕੋਈ 18 ਸਾਲ ਦਾ।